ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਦਸੰਬਰ ਮੰਥ ਦੇ ਕਰੰਟ ਅਫੇਅਰ, ਜਿਸ ਦੇ ਵਿੱਚ 17 ਦਸੰਬਰ ਤੋਂ ਲੈ ਕੇ 18 ਦਸੰਬਰ ਤੱਕ ਦੀਆਂ ਜਿੰਨੀਆਂ ਵੀ ਨਿਊਜ਼ ਨੇ ਉਹਨਾਂ ਨੂੰ ਓਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਡਿਸਕਸ ਕਰਨਾ ਹੈ। ਇਹ ਵੀਡੀਓ ਡਿਊਲ ਲੈਂਗੁਏਜ ਦੇ ਵਿੱਚ ਹੋਏਗੀ, ਜਿਸ ਦੇ ਵਿੱਚ ਪੰਜਾਬੀ ਅਤੇ ਇੰਗਲਿਸ਼ ਨੂੰ ਆਪਾਂ ਯੂਜ਼ ਕਰਕੇ ਇਸ ਵੀਡੀਓ ਨੂੰ ਡਿਸਕਸ ਕਰਾਂਗੇ। ਤੋ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ। ਦੇਖੋ, ਪਹਿਲਾ ਕੁਐਸਚਨ ਹੈ, ਹਾਲ ਹੀ ਵਿੱਚ 67ਵੀਆਂ ਰਾਸ਼ਟਰੀ ਸਕੂਲ ਖੇਡਾਂ ਕਿੱਥੇ ਸ਼ੁਰੂ ਹੋਈਆਂ ਹਨ? ਵੇਅਰ ਹੈਵ ਦਾ 67th ਨੈਸ਼ਨਲ ਸਕੂਲ ਗੇਮਸ ਸਟਾਰਟਡ ਰੀਸੈਂਟਲੀ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨਿਊ ਦਿੱਲੀ। ਹਾਲ ਹੀ ਵਿੱਚ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਗਿਆ ਹੈ? ਹੂ ਹੈਜ਼ ਰੀਸੈਂਟਲੀ ਬੀਨ ਇੰਡਕਟਡ ਇਨ ਟੂ ਦਾ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ? ਤੋ ਇਸਦੇ ਵਿੱਚ ਲਿੰਡਰ ਪੀਸ ਅਤੇ ਵਿਜੇ ਅਮ੍ਰਿਤਰਾਜ ਦੋਨਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ। ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸੀ। ਹਾਲ ਹੀ ਵਿੱਚ ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ ਕਿਸ IIT ਨਾਲ ਸਮਝੌਤਾ ਕੀਤਾ ਹੈ? ਰੀਸੈਂਟਲੀ ਇੰਡੀਅਨ ਨੇਵੀ ਹੈਜ਼ ਸਾਈਨਡ MOU ਵਿਦ ਵਿਚ IIT ਫੋਰ ਇਨੋਵੇਸ਼ਨ ਐਂਡ ਰਿਸਰਚ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ IIT ਕਾਨਪੁਰ। ਭਾਰਤ ਨੇ ਹਾਲ ਹੀ ਵਿੱਚ ਆਪਣੇ ਸਵਦੇਸ਼ੀ ਹਾਈ ਸਪੀਡ ਫਲਾਇੰਗ ਵਿੰਗ UAV ਦਾ ਸਫਲ ਪ੍ਰੀਖਣ ਕਿੱਥੇ ਕੀਤਾ ਹੈ? ਵੇਅਰ ਹੈਜ਼ ਇੰਡੀਆ ਸਕਸੈਸਫੁਲੀ ਟੈਸਟਡ ਇਟਸ ਇੰਡੀਜੀਨੀਅਸਲੀ ਹਾਈ ਸਪੀਡ ਫਲਾਇੰਗ ਵਿੰਗ UAV ਰੀਸੈਂਟਲੀ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਕਰਨਾਟਕਾ। ਤੋ ਇਸ ਕੁਐਸਚਨ ਦਾ ਰਾਈਟ ਆਨਸਰ ਬਣੇਗਾ B। ਹਾਲ ਹੀ ਵਿੱਚ ਕਿਸ ਰਾਜ ਵਿੱਚ ਕੇਂਦਰੀ ਕਬਾਇਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਸੰਸਦ ਨੇ ਬਿੱਲ ਪਾਸ ਕੀਤਾ ਹੈ? ਰੀਸੈਂਟਲੀ ਇਨ ਵਿੱਚ ਸਟੇਟ ਹੈਜ਼ ਦਾ ਪਾਰਲੀਮੈਂਟ ਪਾਸ ਦਾ ਬਿੱਲ ਟੂ ਅਸਟੈਬਲਿਸ਼ ਅ ਸੈਂਟਰਲ ਟ੍ਰਾਈਬਲ ਯੂਨੀਵਰਸਿਟੀ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸੀ ਤੇਲੰਗਾਨਾ। ਹਾਲ ਹੀ ਵਿੱਚ ਵਿਜੇ ਦਿਵਸ ਕਦੋਂ ਮਨਾਇਆ ਗਿਆ ਸੀ? ਤੋ ਵੈਨ ਵਾਜ ਵਿਜੇ ਦਿਵਸ ਸੈਲੀਬ੍ਰੇਟਡ ਰੀਸੈਂਟਲੀ? ਤੋ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਇਹ ਹੈ 16 ਦਸੰਬਰ। ਹਾਲ ਹੀ ਵਿੱਚ ਬ੍ਰਿਟੇਨ ਦੀ ਵਿਸ਼ਵ ਦੀਆਂ ਚੋਟੀਆਂ ਦੀਆਂ 50 ਏਸ਼ੀਆਈ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਕਿਸ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸੀ ਸ਼ਾਹਰੁਖ ਖਾਨ। ਹਾਲ ਹੀ ਵਿੱਚ ਹਰੂਨ ਇੰਡੀਆ ਦੀ ਟੌਪ 100 ਅੰਡਰ 30 ਸੂਚੀ ਵਿੱਚ ਕਿਸ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ? ਤੋ ਉਹ ਹੈ ਕਵੱਲਿਆ ਬੋਹਰਾ। ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਬੀ। ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਹਾਲ ਹੀ ਵਿੱਚ ਕਿੱਥੇ ਪੂਰਾ ਹੋਇਆ ਹੈ? ਵੇਅਰ ਹੈਜ਼ ਦਾ ਵਰਲਡ ਲਾਰਜੈਸਟ ਕਾਰਪੋਰੇਟ ਆਫਿਸ ਬੀਨ ਕੰਪਲੀਟਡ ਰੀਸੈਂਟਲੀ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸੀ ਸੂਰਤ। ਪੈਡਰੋ ਹੈਨਰੀਕ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ, ਉਹ ਕੌਣ ਸੀ? ਤੋ ਪੈਡਰੋ ਹੈਨਰੀਕ ਹੈਜ਼ ਪਾਸਡ ਅਵੇ ਰੀਸੈਂਟਲੀ, ਹੂ ਵਾਜ ਹੀ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਬੀ, ਉਹ ਸਿੰਗਰ ਸਨ। ਹਾਲ ਹੀ ਵਿੱਚ ਕੋਕਾ ਕੋਲਾ ਦੀ ਬੋਟਲਿੰਗ ਯੂਨਿਟ ਕਿਸ ਰਾਜ ਵਿੱਚ 3,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ? ਰੀਸੈਂਟਲੀ ਇਨ ਵਿੱਚ ਸਟੇਟ ਕੋਕਾ ਕੋਲਾ ਬੋਟਲਿੰਗ ਯੂਨਿਟ ਵਿਲ ਇਨਵੈਸਟ 3,000 ਕਰੋੜ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਗੁਜਰਾਤ। ਕਿਹੜਾ ਦੇਸ਼ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਬਣ ਗਿਆ ਹੈ? ਵਿਚ ਕੰਟਰੀ ਹੈਜ਼ ਰੀਸੈਂਟਲੀ ਬਿਕਮ ਦ ਵਰਲਡਸ ਲਾਰਜੈਸਟ ਓਪੀਅਮ ਪ੍ਰੋਡਿਊਸਰ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਮਿਆਂਮਾਰ। ਕੱਲ ਦੇ ਰਹਿਣ ਯੋਗ ਸ਼ਹਿਰਾਂ ਤੇ ਗਲੋਬਲ ਸੰਮੇਲਨ ਕਿੱਥੇ ਹੋਵੇਗਾ? ਵੇਅਰ ਵਿਲ ਦ ਗਲੋਬਲ ਸਮਿਟ ਔਨ ਲਾਈਵੇਬਲ ਸਿਟੀਜ਼ ਆਫ ਟੁਮਾਰੋ ਬੀ ਹੇਲਡ ਰੀਸੈਂਟਲੀ? ਤੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਬੀ, ਗਾਂਧੀਨਗਰ।
ਹਾਲ ਹੀ ਵਿੱਚ ਰਾਇਲ ਸੋਸਾਇਟੀ ਆਫ ਕੈਮਿਸਟਰੀ ਅਵਾਰਡ ਕੌਣ ਪ੍ਰਾਪਤ ਕਰੇਗਾ? Who will receive the Royal Society of Chemistry Award recently? To this question the right answer is Savita Ladis. 8th Brahmaputra Valley Film Festival haal hi vich kithe shuru hoya hai? Where has the 8th Brahmaputra Valley Film Festival started recently? To this question the right answer is B. Guwahati. Recently India's fastest solar electric boat Barracuda has been launched in the state of Kerala. ਹਾਲ ਹੀ ਵਿੱਚ ਕੇਰਲ ਸੂਬੇ 'ਚ ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਬੋਟ Barracuda ਲਾਂਚ ਕੀਤੀ ਗਈ ਹੈ. ਰੀਸੈਂਟਲੀ ਦਾ ਬੋਰਡ ਆਫ ਕੰਟਰੋਲ ਫੋਰ ਕ੍ਰਿਕਟ ਇਨ ਇੰਡੀਆ BCCI ਹੈਜ਼ ਰਿਟਾਇਰਡ ਦ ਨੰਬਰ 7 ਜਰਸੀ ਆਫ ਫਾਰਮਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ. ਹਾਲ ਹੀ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ 7 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਦਿੱਤਾ ਹੈ. ਰੀਸੈਂਟਲੀ ਫੇਮਸ ਕਲਾਸੀਕਲ ਪਿਆਨਿਸਟ ਐਂਡ ਕੰਡਕਟਰ ਡੈਨੀਅਲ ਬ੍ਰੇਨ ਬੋਇਮ ਐਂਡ ਪਲਸਤੀਨੀਅਨ ਪੀਸ ਐਕਟਿਵਿਸਟ ਅਲੀ ਆਬੂ ਅਬਵਾਦ ਹੈਜ਼ ਬੀਨ ਜੁਆਇੰਟਲੀ ਅਵਾਰਡਡ ਦਾ ਇੰਦਰਾ ਗਾਂਧੀ ਪੀਸ ਪ੍ਰਾਈਜ਼ 2023. ਹਾਲ ਹੀ ਵਿੱਚ ਪ੍ਰਸਿੱਧ ਕਲਾਸੀਕਲ ਪਿਆਨੋਵਾਦਕ ਅਤੇ ਸੰਚਾਲਕ ਡੈਨੀਅਲ ਬ੍ਰੇਨ ਬੋਇਮ ਅਤੇ ਫਲਸਤੀਨੀ ਸ਼ਾਂਤੀ ਕਾਰਕੁਨ ਅਲੀ ਆਬੂ ਅਬਵਾਦ ਨੂੰ ਸਾਂਝੇ ਤੌਰ 'ਤੇ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਹੈ. ਸੋ ਥੈਂਕ ਯੂ ਫੋਰ ਵਾਚਿੰਗ. ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਰੰਤ ਮਿਲ ਸਕੇ. ਤੋ ਥੈਂਕ ਯੂ.